ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਨੂੰ ਕਰ ਲੈਣਾ ਕਲਿੱਕ, ਤਾਂ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਵੀਰਾਂ ਤੀਕਰ ਪਹੁੰਚੇ। ਸਭ ਤੋਂ ਪਹਿਲੇ ਅੱਜ ਜਨਾਬ ਮੇਰੀ ਸੱਜੀ ਸਾਈਡ ਤੇ ਕਾਲੇ ਰੰਗ ਦੀ ਫਰੀਜ਼ਮ ਕ੍ਰਾਸ ਗਾਂ ਦੀ ਵੀਡੀਓ ਲੈ ਕੇ ਆਇਆ। ਉਮੀਦ ਕਰਾਂਗਾ ਮੇਰੇ ਭਰਾਵਾਂ ਨੂੰ ਇਨਸ਼ਾਅੱਲਾ ਪਸੰਦ ਆਵੇਗੀ, ਅੱਲਾ ਦੇ ਫਜ਼ਲ ਓ ਕਰਮ ਦੇ ਨਾਲ, ਅੱਲਾ ਦੀ ਬਰਕਤ ਦੇ ਨਾਲ। ਗਾਂ ਬੜੀ ਮਾਸ਼ਾਅੱਲਾ ਬਾ ਕਮਾਲ ਤੇ ਖੂਬਸੂਰਤ, ਮਾਸ਼ਾਅੱਲਾ ਹਵਾਨਾ ਮਸ਼ਕਾਲਾ ਹਵਾਨਾ ਮੇਰੇ ਕੈਮਰੇ ਨਜ਼ਰ ਹੈ। ਬਾਕੀ ਜਨਾਬ ਲੈਣੇ ਦੇਣੇ ਮੁਕੱਦਰ, ਸੌਦਾ ਨਾਲ ਨਸੀਬ ਦੇ। ਬੜਾ ਸੋਹਣਾ ਮਾਸ਼ਾਅੱਲਾ ਵਿਰਲਾ ਦੇ ਥਣ, ਪੂਰਾ ਜਨਾਬ ਮੁੱਠ ਮੁੱਠ ਦਾ ਥਣ, ਬੜਾ ਹੀ ਜਨਾਬ ਪਿਆਰਾ ਥਣ ਲੱਗਿਆ। ਬਾਕੀ ਜਨਾਬ ਨਸਲ ਜ਼ਾਤ ਤੇ ਸਾਰੀਆਂ ਗੱਲਾਂ, ਕਿੰਨਾ ਦੁੱਧ ਕਰਦੀ ਹੈ, ਕਦੋਂ ਸੂਈ ਹੈ, ਇਹ ਦੂਸਰਾ ਸੂਹਾ ਸੂਈ ਹੈ, ਕਿੰਨਾ ਦੁੱਧ ਕਰਦੀ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ। ਛੋਟਾ ਛੋਟਾ ਕੰਨ ਮਾਸ਼ਾਅੱਲਾ, ਕੋਨੀ ਮੋਨੀ ਸਿਰੋਂ, ਅੱਲਾ ਦੇ ਫਜ਼ਲੋ ਕਰਮ ਦੇ ਨਾਲ ਗਾਂ ਦਾ ਕੱਦ ਚੰਗਾ, ਲਾਮ ਚੰਗੀ। ਬਾਕੀ ਜਨਾਬ ਘੱਟ ਕਾਲੀ, ਨਿੱਕਾ ਨਿੱਕਾ ਕੰਨ ਜਨਾਬ, ਸਿਰ ਮਾਸ਼ਾਅੱਲਾ ਕੈਮਰੇ ਨਜ਼ਰ ਵਿੱਚ ਹੈ। ਬਾਕੀ ਜਨਾਬ ਚਾਰ ਫਿਰ ਵਿਖਾਵਾਂਗੇ ਆਪਣੇ ਸੱਜਣਾ ਦੇ ਭਰਾਵਾਂ ਨੂੰ। ਇਨਸ਼ਾਅੱਲਾ ਸਫ਼ਰ ਕਰਕੇ ਅੱਛੇ ਜਾਨਵਰ ਵਿਖਾਏ ਜਾਂਦੇ ਨੇ ਅਤੇ ਭਰਾ ਇਨਸ਼ਾਅੱਲਾ ਬੜੀ ਮੁਹੱਬਤ ਪਿਆਰ ਨਾਲ ਇਨਸ਼ਾਅੱਲਾ ਖਰੀਦਦੇ ਨੇ। ਗਾਂ ਮਾਸ਼ਾਅੱਲਾ ਫਿੱਟ ਫਿੱਟ ਬਾਹਰ ਲਾਈ ਖੜੀ ਜਨਾਬ, ਅੱਲਾ ਦੇ ਫਜ਼ਲ ਕਰਮ ਦੇ ਨਾਲ। ਇਹ ਮੇਰੇ ਕੈਮਰੇ ਨਜ਼ਰ ਹੈ, ਮੇਰੇ ਭਰਾਵਾਂ ਨੇ ਇਨਸ਼ਾਅੱਲਾ ਆਪਣੀਆਂ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਹੈ। ਪੂਰੀ ਜਨਾਬ ਮਸ਼ਕਾਂ ਲਾਈ ਖੜੀ ਅੱਲਾ ਦੇ ਫਜ਼ਲ ਕਰਮ ਦੇ ਨਾਲ, ਹਵਾਨਾ ਜਨਾਬ ਧੁੰਨੀ ਤੋਂ ਲੈ ਕੇ ਅਤੇ ਸਾਹ ਤਿਕਰ ਜਨਾਬ ਪੂਰਾ ਜਨਾਬ ਫੁੱਟ ਹਵਾਨਾ, ਡੇਢ ਫੁੱਟ ਚੌੜਾ ਅੱਲਾ ਦੇ ਫਜ਼ਲ ਕਰਮ ਦੇ ਨਾਲ ਪੂਰਾ ਜਨਾਬ ਗਾਂ ਜਨਾਬ ਲਾਜਵਾਬ ਖੂਬਸੂਰਤ ਥਣ ਮਾਸ਼ਾਅੱਲਾ ਬੜਾ ਪਿਆਰਾ ਲੱਗਿਆ ਅੱਲਾ ਦੇ ਫਜ਼ਲ ਕਰਮ ਦੇ ਨਾਲ। ਇਹ ਵਿਖਾਵਾਂਗੇ ਇਨਸ਼ਾਅੱਲਾ, ਤਸੱਲੀ ਕਮਾਵਾਂਗੇ। ਬਾਕੀ ਜਨਾਬ ਅੱਲਾ ਦੀ ਮਿਹਰਬਾਨੀ ਦੇ ਨਾਲ ਟੁਰਦੀ ਫਿਰਦੀ ਵੀ ਇਨਸ਼ਾਅੱਲਾ ਕੈਮਰੇ ਨਜ਼ਰ ਵਿੱਚ ਹੈ, ਤਾਂ ਕਿ ਜਨਾਬ ਕਿਸੇ ਕਿਸਮ ਦਾ ਕੋਈ ਘਾਟਾ ਵਾਧਾ ਹੋਵੇ ਅਤੇ ਤਸੱਲੀ ਕਰ ਲਈਏ ਅੱਲਾ ਦੇ ਫਜ਼ਲ ਓ ਕਰਮ ਦੇ ਨਾਲ। ਬੜਾ ਮਾਸ਼ਾਅੱਲਾ ਐਵੇਂ ਜਨਾਬ ਛੋਟਾ ਛੋਟਾ ਕੰਨ, ਸਿਰੋਂ ਜਨਾਬ ਜੈਨਮਨ ਕੋਨੀ ਮੋਨੀ, ਅੱਖ ਬੜੀ ਪਿਆਰੀ ਮਾਸ਼ਾਅੱਲਾ, ਸ਼ਾਹ ਕਾਲਾ ਰੰਗ ਮਾਸ਼ਾਅੱਲਾ ਅੱਲਾ ਦੇ ਫਜ਼ਲ ਓ ਕਰਮ ਦੇ ਨਾਲ। ਇਹ ਸੂਈ ਜਨਾਬ ਦੂਸਰਾ ਸੂਹਾ ਸੂਈ ਹੈ, ਇਹਦੀ ਜਨਾਬ ਹਾਜ਼ਰ ਮੌਕੇ 'ਤੇ 25-26 ਲੀਟਰ ਦੀ ਗਰੰਟੀ ਮਾਲਕ ਦੇਵੇਗਾ ਅੱਲਾ ਦੇ ਫਜ਼ਲ ਓ ਕਰਮ ਦੇ ਨਾਲ। ਬਾਕੀ ਜਨਾਬ ਇਹ ਜਨਾਬ ਕਿੰਨੇ ਦਿਨ ਹੋ ਗਏ ਨੇ, ਕੀ ਇਹਦਾ ਜਨਾਬ ਹਿਸਾਬ ਕਿਤਾਬ ਹੈ? ਇਨਸ਼ਾਅੱਲਾ ਜੈਨੂਇਨ ਗੱਲਾਂ ਹੋਣਗੀਆਂ, ਅੱਲਾ ਦੀ ਮਿਹਰਬਾਨੀ ਦੇ ਨਾਲ ਆਪਣੇ ਭਰਾਵਾਂ ਦੇ ਇਨਸ਼ਾਅੱਲਾ ਸ਼ੌਕ ਪੂਰੇ ਕਰਾਏ ਜਾਂਦੇ ਨੇ ਅਤੇ ਅੱਛੇ ਜਾਨਵਰ ਇਨਸ਼ਾਅੱਲਾ ਵਿਖਾਏ ਜਾਂਦੇ ਨੇ। ਹਵਾਨੇ ਦੀ ਮਾਸ਼ਾਅੱਲਾ ਅਗਾੜੀ ਪਛਾੜੀ ਮੇਰੇ ਕੈਮਰੇ ਨਜ਼ਰ ਵਿੱਚ ਹੈ, ਸੋਹਣਾ ਥਾਨ ਪੂਰਾ ਜਨਾਬ ਵਿਰਲਾ ਅਤੇ ਥਾਨ ਅੱਲਾ ਦੇ ਫਜ਼ਲੋ ਕਰਮ ਦੇ ਨਾਲ। ਚਾਰੇ ਖੁਰ ਮਾਸ਼ਾਅੱਲਾ ਇੱਕੋ ਜਿਹਾ ਜਨਾਬ, ਅਗਲੇ ਪੈਰ ਵੀ ਇੱਕੋ ਜਿਹਾ, ਪਿਛਲੇ ਮਾਸ਼ਾਅੱਲਾ ਚਾਰ ਫਿਰ ਇਨਸ਼ਾਅੱਲਾ ਕੈਮਰੇ ਨਜ਼ਰ ਹੈ। ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਸੌਦਾ ਨਾਲ ਨਸੀਬ ਦੇ। ਬਾਕੀ ਜਨਾਬ ਸਾਰੀਆਂ ਗੱਲਾਂ ਮਾਲਕ ਤੋਂ ਲਵਾਂਗੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਲਓ ਭਾਈ ਜੀ ਨਾਂ ਦੱਸੋ ਆਪਣਾ। ਮੁਹੰਮਦ ਇਰਫਾਨ ਜੀ। ਮੁਹੰਮਦ ਇਰਫਾਨ। ਅੱਛਾ ਭਾਈ ਇਰਫਾਨ ਹੈ, ਗਾਂ ਤੇਰੀ ਵਿਖਾ ਦਿੱਤੀ। ਸਭ ਤੋਂ ਪਹਿਲੇ ਇਹ ਦੱਸਣਾ ਕਿ ਗਾਂ ਆਪਣੀ ਕਰਦੀ ਹੈ? ਜੀ ਕਰਦੀ। ਪੱਕੀ ਗੱਲ ਹੈ? ਪੱਕੀ ਗੱਲ। ਅੱਛਾ ਜਨਾਬ, ਤੇ ਕਿੰਨਵਾ ਸੂਹਾ ਸੂਈ ਹੈ? ਇਹ ਦੂਸਰਾ ਸੂਹਾ ਸੂਈ ਜੀ। ਦੂਸਰਾ ਸੂਹਾ ਸੂਈ, ਤੇ ਕਿੰਨੇ ਦਿਨ ਹੋ ਗਏ ਨੇ ਜਨਾਬ? ਅੱਜ ਤੀਸਰਾ ਦਿਨ ਹੈ ਜੀ। ਅੱਜ ਤੀਸਰਾ ਦਿਨ ਹੈ, ਤੇ ਇਹਦੇ ਮਗਰ ਵੱਛੀ ਜਾਂ ਬੱਚਾ? ਬੱਚਾ ਜੀ। ਇਹਦੇ ਮਗਰ ਇਹ ਬੱਚਾ ਜਿਹੜਾ ਨਾਲ ਖੜਾ ਬੱਚਾ ਜੀ। ਠੀਕ ਹੋ ਗਿਆ, ਤੇ ਦੂਸਰਾ ਸੂਹਾ ਸੂਈ ਹੈ, ਤੇ ਇਹਦੇ ਥੱਲੇ ਉਹ ਦੁੱਧ ਦੱਸਣਾ। ਅੱਛਾ, ਇਹ ਕਿਹੜੀ ਨਸਲ ਦਾ ਬੱਚਾ ਜਨਾਬ? ਇਹ ਫ੍ਰੀਜ਼ਨ ਕ੍ਰਾਸ ਬੱਚਾ ਜੀ। ਫ੍ਰੀਜ਼ਨ ਕ੍ਰਾਸ ਬੱਚਾ, ਤੇ ਗਾਂ ਵੀ ਫ੍ਰੀਜ਼ਨ ਕ੍ਰਾਸ ਹੈ? ਗਾਂ ਵੀ ਫ੍ਰੀਜ਼ਨ ਕ੍ਰਾਸ। ਠੀਕ ਹੋ ਗਿਆ। ਰੰਗ ਜਨਾਬ ਸ਼ਾਹ ਕਾਲਾ? ਸ਼ਾਹ ਕਾਲਾ ਜੀ। ਥਣ ਬੜਾ ਮੁੱਠ ਮੁੱਠ ਜੀ, ਮਾਸ਼ਾਅੱਲਾ। ਹਾਂਜੀ, ਛੋਟਾ ਜਿਹਾ ਇਲਾਕੇ ਜੋ ਲੱਭਿਆ ਗਾਂ ਨਹੀਂ ਲੱਭਦੀ ਇਨਸ਼ਾਅੱਲਾ, ਜਿਹੜੀ ਸਾਡੇ ਕੋਲ ਗਾਂ ਵਾ ਉਹ ਬਾਕੀ ਤੁਸੀਂ ਦੇਖ ਰਹੇ ਆ। ਅੱਛਾ ਭਾਈ ਇਰਫਾਨ, ਬਾਕੀ ਵਿਖਾਈ ਜਾਂਦੇ ਆ, ਇਹਦੇ ਥੱਲੇ ਦੁੱਧ ਉਹ ਦੱਸਣਾ ਹੈ ਕਿ ਜਿਹੜਾ ਜਨਾਬ ਆਪਾਂ ਸ਼ਰਮਿੰਦਾ ਨਾ ਹੋਈਏ ਇਨਸ਼ਾਅੱਲਾ। ਹਾਜ਼ਰ ਮੌਕੇ ਤੇ ਕਿੰਨਾ ਦੁੱਧ ਕਰਦੇ? 26 ਲੀਟਰ ਦੁੱਧ ਹੈ ਜੀ ਇਹਦੇ ਕੋਲ। 26 ਲੀਟਰ? ਇਹ ਦੋਸਤ ਭਰਾ ਕੋਈ ਆਨਲਾਈਨ ਜਵਾ ਦਿੰਦੇ ਆ, ਦੋ ਚਾਰ ਡੰਗ ਸਾਡੇ ਕੋਲ ਬਹਿ ਕੇ ਇੱਥੇ ਮੰਜੀ ਬਿਸਤਰਾ ਦੇਵਾਂਗੇ, ਖਾਣ ਪੀਣ ਦਾ ਇੰਤਜ਼ਾਮ ਹੋਏਗਾ। ਅੱਛਾ, ਉਹ ਦੋ ਚਾਰ ਦਿਨ ਚੋਵੇ
ਤੇ ਇਨਸ਼ਾਅੱਲਾ ਇਹ 26 ਤੋਂ 28 29 ਲੀਟਰ ਤੱਕ ਚੋਕ ਅਸੀਂ ਦੇਵਾਂਗੇ। ਯਾਨੀ ਕਿ ਹਾਜ਼ਰ ਟਾਈਮ ਤੇ 26 ਲੀਟਰ ਦੁੱਧ ਦੇਦਾ ਹੈਗਾ। ਕੋਈ ਭਰਾ ਆ ਜਾਵੇ, ਮੰਜੀ ਬਿਸਤਰਾ ਖਾਣਾ ਮਿਲੇਗਾ ਇਨਸ਼ਾਅੱਲਾ, ਉਹਦੀ ਟਹਿਲ ਸੇਵਾ ਹੋਏਗੀ ਜਿੰਨੇ ਕੁ ਜੋਗਾ ਜਨਾਬ ਬੰਦਾ ਹੁੰਦਾ ਹੈ। ਤੇ ਬਾਕੀ ਇਹ ਜਿਹੜਾ ਮੈਲਾ ਸ਼ੈਲਾ ਸੱਟੇਗੀ ਤੇ ਕਿੰਨਾ ਦੁੱਧ ਕਰੇਗੀ? ਇਹ 34-35 ਲੀਟਰ ਇਨਸ਼ਾਅੱਲਾ, ਯਾਨੀ ਕਿ 34-35 ਲੀਟਰ ਕਰੇਗੀ। ਹਾਂਜੀ ਇਨਸ਼ਾਅੱਲਾ, ਕਰਨਾ ਵੀ ਚਾਹੀਦਾ ਇਹਨੂੰ ਅੱਲਾ ਦੇ ਫਜ਼ਲ ਨਾਲ। ਬਹੁਤ ਮਾਸ਼ਾਅੱਲਾ। ਅੱਛਾ, ਪਹਿਲੇ ਸੋਏ ਪਾਈ ਇਰਫਾਨ ਕਿੰਨਾ ਦੁੱਧ ਚੋਂਦੇ ਰਹੇ? ਇਹ 26 ਲੀਟਰ ਚੋਂਦੇ ਰਹੇ। 26 ਲੀਟਰ ਪਹਿਲੇ? ਹਾਂਜੀ ਪਹਿਲੇ ਬਾਰੇ, ਪਹਿਲੇ ਬਾਰੇ। ਤੇ ਹੁਣ ਹਾਜ਼ਰ ਮੌਕੇ ਤੇ 26 ਲੀਟਰ ਦੇਣ ਦੀ ਪਈ? 26 ਲੀਟਰ ਦੁੱਧ ਦੁੱਧ ਜੀ, ਤੀਸਰਾ ਦਿਨ ਆ ਜੀ। ਤੇ ਮਜ਼ੀਦ ਇਨਸ਼ਾਅੱਲਾ ਅੱਗੇ ਵਧੇਗੀ? ਹਾਂਜੀ, ਮੈਲਾ ਜਿਸ ਤਰ੍ਹਾਂ ਮੈਲਾ ਸੱਟੇਗੀ ਇਨਸ਼ਾਅੱਲਾ ਇਹਦੇ 34-35 ਲੀਟਰ ਤੇ ਜਾਵੇਗੀ ਇਨਸ਼ਾਅੱਲਾ। ਅੱਛਾ, ਜਿਹੜੀਆਂ ਗੱਲਾਂ ਮੇਰਾ ਭਾਈ ਇਰਫਾਨ ਕਰਦਾ ਪਿਆ, ਹਾਂਜੀ ਦੋ ਗੱਲਾਂ ਤਿੰਨ ਮੈਂ ਜੈਨੂਇਨ ਗੱਲਾਂ ਕਰਨੀਆਂ ਨੇ। ਇੱਕ ਦੁੱਧ ਦੀ ਗੱਲ, ਦੂਸਰੇ ਥਣਾ ਹੀ ਘਾਟਾ ਵਾਧਾ ਨਹੀਂ ਹੋਣਾ ਚਾਹੀਦਾ, ਠੀਕ ਹੈ? ਤੀਸਰਾ ਕੋਈ ਬੰਦਾ ਬਿਆਨਾ ਕਰਾ ਦੇਵੇ, ਠੀਕ ਸਰ, ਤੇ ਆ ਕੇ ਜਨਾਬ ਆਪਦੀ ਤਸੱਲੀ ਕਰ ਲਵੇ। ਦੋ ਦਿਨ ਰਵੇ, ਚਾਰ ਦਿਨ ਰਵੇ, ਜਿੰਨਾ ਦੁੱਧ ਦੱਸਿਆ ਇਨਸ਼ਾਅੱਲਾ ਦੋ ਸਿਰ ਵੱਧ ਹੋਏਗਾ, ਘੱਟ ਇਨਸ਼ਾਅੱਲਾ ਦੁੱਧ ਨਾ ਹੋਏਗਾ। ਅੱਛਾ, ਘਰ ਦੀ ਗਾਂ? ਹਾਂਜੀ ਘਰ ਦੀ। ਗਰੀਬ ਖਾਨ ਤੇਰਾ ਆਪਣਾ? ਹਾਂਜੀ ਆਪਣਾ ਜੀ। ਠੀਕ ਹੋ ਗਿਆ। ਅੱਛਾ, ਹੁਣ ਇਹਦੇ ਜਨਾਬ ਭਾਈ ਇਰਫਾਨ ਮੁਹੱਬਤ ਪਿਆਰ ਵਾਲੇ ਪੈਸੇ ਜਿਹੜੇ ਆਪਾਂ ਮਕੂਲ ਜਿਹਾ ਲੈ ਲੈਣੇ ਨੇ। ਗਾਂ ਤੇਰੀ ਆਪਦੀ ਹੈ, ਕੋਈ ਵਪਾਰ ਦੀ ਗਾਂ ਨਹੀਂ ਹੈਗੀ ਆਪਣੀ ਘਰ ਦੀ? ਹਾਂਜੀ, ਤੇ ਪੁੱਠੀ ਛੁਰੀ ਨਹੀਂ ਰੱਖਣੀ, ਸਿੱਧੀ ਛੁਰੀ ਆਪਾਂ ਰੱਖਣੀ ਹੈ, ਤਾਂ ਕਿ ਮੇਰੇ ਭਰਾਵਾਂ ਨੂੰ ਜਨਾਬ ਵੀਡੀਓ ਵੀ ਵੇਖਣ ਤੇ ਲਾਈਕ ਵੀ ਕਰਨ ਤੇ ਮਾਸ਼ਾਅੱਲਾ ਦਾ ਕਮੈਂਟ ਵੀ ਲਾਵਣ ਤੇ ਤੇਰੀ ਗਾਂ ਵੀ ਕਹਣ ਕਿ ਭਾਈ ਇਰਫਾਨ ਦੀ ਜਨਾਬ ਜਿਹੜੀ ਗਾਂ ਹੈ ਇਨਸ਼ਾਅੱਲਾ ਸਾਨੂੰ ਪਸੰਦ ਹੈ ਜੀ। ਮੁਹੱਬਤ ਪਿਆਰ ਵਾਲੇ ਪੈਸੇ ਬੋਲੋ। 4,20,000 ਰੁਪਇਆ ਜੀ। 4,20,000 ਰੁਪਇਆ? ਹਾਂਜੀ। ਠੀਕ ਹੋ ਗਿਆ। ਤੇ ਇਹਦੇ ਵਿੱਚ ਜਨਾਬ ਕੋਈ ਮਾੜਾ ਮੋਟਾ, ਕੋਈ ਹਲਕਾ ਫੁਲਕਾ ਜਨਾਬ ਪਿਆਰ ਮੁਹੱਬਤ? ਥੋੜਾ ਬਹੁਤ ਮੌਕੇ ਤੇ ਕਰ ਲਾਂਗੇ, ਮੌਕੇ ਤੇ ਕਰ ਲੈਣਾ। ਠੀਕ ਹੋ ਗਿਆ, ਸੋਹਣੀਆਂ ਗੱਲਾਂ। ਤੇ ਮੂੰਹ ਕਿਵੇਂ ਜਨਾਬ? ਇਹ ਛਿੱਗੀ ਆ ਜੀ, ਮੂੰਹ ਚ ਛਿੱਗੀ ਆ। ਠੀਕ ਹੋ ਗਿਆ, ਠੀਕ ਹੈ, ਸੋਹਣੀ ਵਾਲੇ ਦੰਦ ਨਹੀਂ ਕੱਢਿਆ। ਅੱਛਾ, ਤੇ ਸੀਲ ਸਹੂ ਹੈ ਜਨਾਬ? ਜਿੱਦਾਂ ਮਰਜ਼ੀ ਬੈਗ, ਦੋਵਾਂ ਪਾਸੇ 8-8 ਬੰਦੇ ਬੈਗ ਚ ਹੋਈ ਜਾ, ਇਨਸ਼ਾਅੱਲਾ ਲਾਤਨਾ ਚੱਕੂਗੀ। ਹਵਾਨਾ ਜਨਾਬ ਜਿਵੇਂ ਵਿਖਾਈ ਜਾਣ ਅੱਲਾ ਦੇ ਫਜ਼ਲ ਕਰਮ ਦੇ ਨਾਲ, ਹਵਾਨਾ ਗਾੜੀ ਪਛਾੜੀ ਮਾਸ਼ਾਅੱਲਾ, ਲੱਤਾਂ ਤੋਂ ਜਨਾਬ ਫੁੱਟ ਫੁੱਟ ਬਾਹਰ ਲਾਈ ਖੜੀ ਹੈ, ਸੋਹਣਾ ਥਾਣ ਹੈ। 4,20,000 ਰੁਪਇਆ ਦੁੱਧ ਦੀ ਗਰੰਟੀ ਅੱਲਾ ਦੇ ਫਜ਼ਲ ਨਾਲ। ਕੋਈ ਮੇਰਾ ਭਰਾ ਬਿਆਨਾ ਕਰਾ ਕੇ ਜਨਾਬ ਆਪਦੀ ਤਸੱਲੀ ਕਰ ਲਵੇ। ਦੋ ਟਾਈਮ ਨਹੀਂ, ਚਾਰ ਟਾਈਮ ਨਹੀਂ, ਇਹ ਜਨਾਬ ਜ਼ਿਮੀਦਾਰ ਬੰਦੇ ਨੇ, ਅੱਲਾ ਦੇ ਫਜ਼ਲ ਨਾਲ ਆਪਦੀ ਜ਼ਮੀਨ ਵਿੱਚ ਡੇਰਾ ਇਹਨਾਂ ਨੇ ਬਣਾਇਆ। ਕੋਈ ਜਨਾਬ ਦੁੱਖ ਤਕਲੀਫ ਨਹੀਂ ਕਿਸੇ ਭਰਾ ਨੂੰ ਹੋਵੇਗਾ। ਤੇ ਬਾਕੀ ਜਨਾਬ ਉਮੀਦ ਕਰਾਂਗਾ ਮੇਰੇ ਭਰਾਵਾਂ ਨੂੰ ਅੱਜ ਵਾਲੀ ਵੀਡੀਓ ਪਸੰਦ ਆਵੇਗੀ। ਪਸੰਦ ਆਵੇ ਤੇ ਆਪਣੇ ਚੈਨਲ ਨੂੰ ਜਨਾਬ ਸ਼ੇਅਰ ਤੇ ਲਾਈਕ ਤੇ ਮਾਸ਼ਾਅੱਲਾ ਦਾ ਕਮਿੰਟ ਕਰਨਾ। ਅੱਲਾ ਦੇ ਫਜ਼ਲ ਨਾਲ ਅੱਛੇ ਜਾਨਵਰ ਆਪਣੇ ਭਰਾਵਾਂ ਨੂੰ ਵਿਖਾਏ ਜਾਂਦੇ ਨੇ, ਤਾਂ ਕਿ ਮੇਰੇ ਭਰਾ ਜਨਾਬ ਦੂਰ ਦਰਾਜ ਬੈਠੇ ਵੀਡੀਓ ਵੇਖਦੇ ਰਹਿਣ ਤੇ ਜਾਨਵਰ ਖਰੀਦਦੇ ਰਹਿਣ ਤੇ ਆਪਣੇ ਜਨਾਬ ਸ਼ੌਕ ਪੂਰੇ ਕਰਦੇ ਰਹਿਣ। ਬਾਕੀ ਜਨਾਬ ਗਾਂ ਇਨਸ਼ਾਅੱਲਾ ਸ਼ੌਕ ਪੂਰਾ ਕਰਾਵੇਗੀ। ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਸੌਦਾ ਨਾਲ ਨਸੀਬ ਦੇ ਚੁਆਈ ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਬੜੀ ਖੂਬਸੂਰਤ ਹੈ, ਬੜੀ ਸੋਹਣੀ ਅਤੇ ਸਾਫ਼ ਸੁਥਰੀ ਚੁਆਈ ਹੈ ਮਾਸ਼ਾਅੱਲਾ। ਅਤੇ ਬਾਕੀ ਜਨਾਬ ਇਨਸ਼ਾਅੱਲਾ ਮਿਲਾਂਗੇ ਇੱਕ ਅੱਛੀ ਅਤੇ ਬਿਹਤਰੀਨ ਨਵੀਂ ਵੀਡੀਓ ਦੇ ਨਾਲ। ਭਾਈ ਇਰਫਾਨ ਨੇ ਤੁਹਾਨੂੰ ਮਾਰੀ, ਮਿਲਾਂਗੇ ਅਗਲੀ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।